ਖਬਰ ਨੰਗਲ ਤੋਂ ਹੈ ਜਿੱਥੇ ਸਰਦੀ ਅਤੇ ਠੰਡ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਕੋਹਰੇ ਦੀ ਚਾਦਰ ਕਾਰਨ ਸਕੂਲਾਂ ਦੇ ਟਾਈਮਾਂ 'ਚ ਵੀ ਤਬਦੀਲੀ ਕਰਨੀ ਪਈ ਹੈ। ਪੂਰੇ ਉੱਤਰ ਭਾਰਤ 'ਚ ਠੰਡ ਵੱਧ ਗਈ ਹੈ, ਸੰਘਣੀ ਧੁੰਦ ਅਤੇ ਕੋਹਰੇ ਨੇ ਲੋਕ ਠਾਰੇ ਹੋਏ ਨੇ। ਦੂਜੇ ਪਾਸੇ ਰਾਹਗੀਰਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਘਣੀ ਧੁੰਦ ਦੇ ਚੱਲਦਿਆਂ ਸਰਕਾਰ ਨੇ ਜਿੱਥੇ ਸਕੂਲਾਂ ਦਾ ਸਮਾਂ ਵੀ ਤਬਦੀਲ ਕਰ ਦਿੱਤਾ ਹੈ, ਉੱਥੇ ਬਾਜ਼ਾਰਾਂ 'ਚ ਰੌਣਕਾਂ ਵੀ ਘੱਟ ਵੇਖਣ ਨੂੰ ਮਿਲ ਰਹੀਆਂ ਨੇ। ਜੀ ਠੰਡ ਬਹੁਤ ਹੈ ਜੀ, ਹੁਣ ਧੁੰਦ ਪੈ ਰਹੀ ਹੈ ਅਤੇ ਠੰਡ ਕਰਕੇ ਗਾਹਕ ਵੀ ਘੱਟ ਹੀ ਨਿਕਲਦਾ ਜੀ, ਲੇਟ ਹੀ ਆਈਦਾ ਜੀ ਦੁਕਾਨਾਂ, ਤਾਂ ਮਾਰਕੀਟ ਬੰਦ ਹੈ ਜੀ। ਅਤੇ ਠੰਡ ਕਰਕੇ ਮਾਰਕੀਟ ਬੰਦ ਹੈ ਜੀ, ਜਦ ਤੱਕ ਸੂਰਜ ਵਗੈਰਾ ਨਿਕਲਦਾ ਤਦ ਤੱਕ ਗਾਹਕ ਮਾਰਕੀਟ ਜਾਂਦੇ ਨਹੀਂ ਹੈ, ਤਕਰੀਬਨ 11-12 ਵਜੇ ਤੋਂ ਬਾਅਦ ਗਾਹਕ ਮਾਰਕੀਟ ਥੋੜ੍ਹਾ ਬਹੁਤ ਚੱਲਦਾ। ਕਾਰਨ ਤਾਂ ਪਹਿਲੇ ਤਾਂ ਇੱਕੋ ਹੀ ਕਾਰਨ ਹੈ, ਜਿਹੜਾ ਠੰਡ ਪੈ ਰਹੀ ਹੈ, ਪਰ ਅਸੀਂ ਦੁਕਾਨਦਾਰ, ਸਾਡੇ ਲਈ ਤਾਂ ਠੰਡ ਬਹੁਤ ਵਧੀਆ ਹੈ, ਸਾਡਾ ਮਾਲ ਰੁਕਿਆ ਪਿਆ ਸੀਗਾ, ਉਹਦੇ ਵਿੱਚ ਥੋੜ੍ਹੀ ਜਿਹੀ ਸਪੀਡ ਆਈ ਹੈ, ਪਰ ਠੰਡ ਪੈਣ ਦੇ ਨਾਲ ਜੇ ਕਿਤੇ ਬਾਰਿਸ਼ ਵੀ ਪੈ ਜਾਵੇ ਤਾਂ ਬਹੁਤ ਵਧੀਆ ਹੋਵੇ, ਜਿਹੜੀਆਂ ਲੋਕਾਂ ਨੂੰ ਬਿਮਾਰੀਆਂ, ਖੰਘ, ਖਾਂਸੀ, ਛਾਤੀ ਜਾਮ ਹੋ ਰਹੀ ਹੈ, ਉਹਦਾ ਲੋਕਾਂ ਨੂੰ ਫਾਇਦਾ ਹੋ ਜਾਏਗਾ। ਸਵੇਰ ਦੀ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ ਤਾਂ ਅੱਗ ਸੇਕ ਕੇ ਟਾਈਮ ਕਰਦੇ ਪੈ, ਟਾਈਮ ਪਾਸ ਕਰਦੇ ਪਏ, ਗੱਡੀ ਸਾਡੀ ਜਾਮ ਹੋ ਗਈ ਵੀ ਠੰਡ ਕਰਕੇ, ਬੈਟਰੀ ਡੈਡ ਹੋ ਗਈ ਆ, ਇਸ ਕਰਕੇ ਕੰਮ ਧਾਮ ਹੈ ਨਹੀਂ ਹੈ, ਤਾਂ ਅੱਗ ਸੇਕ ਕੇ ਟਾਈਮ ਪਾਸ ਕਰ ਰਹੇ ਇੱਥੇ ਬੈਠ ਕੇ। ਸੰਘਣੀ ਧੁੰਦ ਅਤੇ ਠੰਡ ਤੋਂ ਬਚਣ ਦੇ ਲਈ ਲੋਕ ਅੱਗ ਦਾ ਸਹਾਰਾ ਲੈਂਦੇ ਨਜ਼ਰ ਆ ਰਹੇ ਨੇ। ਸਕੂਲਾਂ ਦਾ ਸਮਾਂ ਵੀ ਤਬਦੀਲ ਕੀਤਾ ਹੈ, ਪਰ ਫਿਰ ਵੀ ਸਰਦੀ ਜ਼ਿਆਦਾ ਹੈ ਕਿ ਆਉਣ ਵਾਲਾ ਸਮਾਂ ਹੋਰ ਵੀ ਔਖਾ ਹੋਣ ਵਾਲਾ ਹੈ। ਨੰਗਲ ਤੋਂ ਪੁਰਸ਼ੋਤਮ ਭਾਮਰਾ ਦੀ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।